ਇਹ ਜਿਹੜੀ ਹੁਣ ਆਪਣੀ ਬਾਡੀ ਲੱਗ ਰਹੀ ਹੈ ਉਹ ਤੋਂ ਬਾਅਦ ਆਮ ਤੌਰ ਤੇ ਤਾਂ ਆਪਾਂ ਕਣਕ ਦੀ ਦਾ ਮੁੱਢ ਜਿਹੜਾ ਰਹਿੰਦਾ ਹੈ ਉਹਨੂੰ ਆਪਾਂ ਅੱਗ ਨਹੀਂ ਲਾਉਂਦੇ ਲੇਕਿਨ ਚੋਨੇ ਦਾ ਆਪਾਂ ਅੱਗ ਲਾਉਂਦੇ ਆ ਉਹਦੇ ਨਾਲ ਬੜਾ ਧੂਆ ਹੋ ਜਾਂਦਾ ਹੈ ਪੰਜਾਬ 'ਚ ਪਰ ਕਿਤੇ ਕਿਤੇ ਇੱਥੇ ਕਣਕ ਨੂੰ ਵੀ ਲਾ ਦਿੰਦੇ ਨੇ ਔਰ ਉਹ ਮੈਂ ਤੁਹਾਨੂੰ ਇਹ ਗੱਲ ਕਰਨਾ ਚਾਹੁੰਦਾ ਕਿ ਸਾਡੇ ਵਾਸਤੇ ਇਹ ਐਤ ਕੀ ਬੜਾ ਖਤਰਨਾਕ ਹੋਊਗਾ ਇਸ ਲਈ ਕਿ ਜਿਹੜਾ ਕੋਵਿਡ ਹੈ ਨਾ ਉਹ ਇੱਕ ਫੇਫੜਿਆਂ ਦੀ ਬਿਮਾਰੀ ਹੈ ਔਰ ਉਥੇ ਆਕਸੀਜਨ ਜਦ ਘਟਦਾ ਹੈ ਉਹਦੇ ਚ ਉਹ ਲੋਕਾਂ ਦਾ ਇਹ ਫੇਫੜੇ ਹੋਰ ਖਰਾਬ ਹੋ ਜਾਂਦੇ ਨੇ ਸਾਡੇ ਬੱਚੇ ਨੇ ਸਾਡੇ ਪਰਿਵਾਰ ਨੇ ਸਾਰੇ ਤਾਂ ਮੇਰੀ ਇਹ ਵੀ ਬਥੋਂ ਨੂੰ ਬੇਨਤੀ ਹੈ ਕਿ ਤੁਸੀਂ ਆ ਐਤ ਕੀ ਬਿਲਕੁਲ ਕਿਸੇ ਹਾਲਤ ਵਿੱਚ ਵੀ ਅਗਨੀ ਲਗਾਉਣੀ ਆਪਣੇ ਮੁੱਢ ਨੇ ਰਹਿ ਗਏ ਆਪਣੇ ਕਣਕ ਦੇ ਔਰ ਨਹੀਂ ਤਾਂ ਇਹ ਜਿਹੜਾ ਇਹ ਕੋਵਿਡ ਦਾ ਕੰਮ ਹੈ ਇਹ ਹੋਰ ਵਿਗੜ ਜਾਣਾ ਔਰ ਜਿਹੜੇ ਸਾਡੇ ਮਰੀਜ਼ ਨੇ ਉਹਨਾਂ ਨੂੰ ਹੋਰ ਨੁਕਸਾਨ ਪਹੁੰਚਣਾ ਔਰ ਇਹ ਹੀ ਨਹੀਂ ਕਿ ਥੋੜੇ ਅਗਰ ਬੱਚਿਆਂ ਦੇ ਫੇਫੜੇ ਕਮਜ਼ੋਰ ਹੋ ਜਾਣਗੇ ਤਾਂ ਫਿਰ ਕੋਰੋਨਾ ਦਾ ਅਸਰ ਵੀ ਉਹਨਾਂ ਤੇ ਪੈ ਸਕਦਾ ਹੈ ਇਸ ਕਰਕੇ ਮੇਰੀ ਬੇਨਤੀ ਹੈ ਤੁਹਾਨੂੰ ਬੜੀ ਹੱਥ ਜੋੜ ਕੇ ਕਿ ਇਹ ਕੰਮ ਨਾ ਕਰਨ ਸਿਹਤ ਦੇ ਤਾਜ਼ਾ ਅਪਡੇਟਸ ਲਈ ਅਰਪ੍ਰਕਾਸ਼ ਟੀਵੀ ਨੂੰ ਸਬਸਕ੍ਰਾਈਬ ਕਰੇ ਅਤੇ ਬੈਲ ਆਈਕਨ ਕੋ ਪ੍ਰੈਸ ਕਰੇ